ਮੇਰੀ ਤਾਜੀ ਹੋ ਜਾਂਦੀ ਹੈ ਰੱਬ ਨਾਲ ਤਕਰਾਰ, ਉਹ ਵੀ ਚੰਦਰਾ ਕੱਬਾਏ ਦਵੇ ਸਬਕ ਸਿਖਾ ਹਰ ਵਾਰ। ਅਸੀਂ ਕੱਲ ਜੀ ਸਵਾਦ ਨਾਲ ਸੁਣਿਓ ਇਹਨਾਂ ਲਾਈਨਾਂ ਨੂੰ। ਪਹਿਲਾਂ ਲੱਗਿਆ ਸੀ ਆਹ ਮਿਲ ਜਾਵੇ ਸਿਰਾ ਹੋਜੂ, ਜਦ ਮਿਲਿਆ ਤਾਂ ਉਹ ਵੀ ਬੇਕਾਰ ਹੋ ਗਿਆ। ਹਲੇ ਤਾਜ਼ਾ ਤਾਜ਼ਾ ਟੁੱਟਿਆ ਸੀ ਕੱਲ ਪਰਸੋਂ, ਮੈਨੂੰ ਲੱਗਦਾ ਕਿਸੇ ਦੇ ਨਾਲ ਪਿਆਰ ਹੋ ਗਿਆ। ਹਲੇ ਤਾਜ਼ਾ ਤਾਜ਼ਾ ਟੁੱਟਿਆ ਸੀ ਕੱਲ ਪਰਸੋਂ, ਮੈਨੂੰ ਲੱਗਦਾ ਕਿਸੇ ਦੇ ਨਾਲ ਪਿਆਰ ਹੋ ਗਿਆ। ਖੇ ਦੱਸ ਦੀ ਕਦੇ ਜੇ ਕੋਈ ਕੰਮ ਕਾਰ ਹੋਇਆ, ਓਏ ਦੱਸ ਦੀ ਕਦੇ ਜੇ ਕੋਈ ਕੰਮ ਕਾਰ ਹੋਇਆ, ਸਾਡੇ ਨਾਲ ਸਿੱਧੀ ਗੱਲ ਬਾਤ ਰੱਬ ਦੀ, ਜਿੰਨਾ ਹਿੱਸੇ ਆਇਆ ਉਹੀ ਮਿਲੀ ਜਾਵੇ ਬਾਬਾ। ਸਾਡੀ ਰੀਝਾਂ ਦੀ ਲਿਸਟ ਦਿਨੋ ਦਿਨ ਹੀ ਵੱਧਦੀ, ਜਿੰਨਾ ਹਿੱਸੇ ਆਇਆ ਉਹੀ ਮਿਲੀ ਜਾਵੇ ਬਾਬਾ। ਖੇ ਅਗਲੀ ਗੱਲ ਬਈ ਸੁਣਨ ਚ ਸ਼ਾਇਦ ਵਧੀਆ ਨਾ ਲੱਗੇ ਪਰ ਹੈ ਸੱਚੀ ਆ। ਖੇ ਥੋੜਾ ਜੈਲਸ ਹੋਰਾਂ ਦੇ ਨਾਲ ਹੋ ਜਾਂਦਾ ਮੈਂ ਖੁਦ ਨਾਲੋਂ ਜ਼ਿਆਦਾ ਵੇਖ ਕੇ, ਹੇ ਤੇਰੇ ਆਪਣੇ ਵਧਣ ਨਹੀਂ ਓ ਦਿੰਦੇ, ਓਏ ਹੋਰ ਦੱਸ ਕਿਹਨੂੰ ਭੇਤ ਨੇ, ਤੈਨੂੰ ਆਪਣੇ ਵਧਣ ਨਹੀਂ ਓ ਦਿੰਦੇ ਬਈ ਹੋਰ ਦੱਸ ਕਿਹਨੂੰ ਭੇਤ ਨੇ। ਖੇ ਅੱਕਿਆ ਬੈਠਾ ਏ ਕਾਹਤੋਂ ਇੰਨੇ ਚਿਰ ਦਾ, ਤੂੰ ਅੱਕਿਆ ਬੈਠਾ ਏ ਕਾਹਤੋਂ ਇੰਨੇ ਚਿਰ ਦਾ, ਬਈ ਆਪਣੀ ਕਿਸਮਤ ਵਾਲਾ ਬੰਦੇ ਨੂੰ ਮਿਲਦਾ ਹੀ ਮਿਲਦਾ। ਖੇ ਜੋ ਆਪਣੀ ਕਿਸਮਤ ਚ ਹੁੰਦਾ ਨਾ ਪ੍ਰਧਾਨ, ਉਹ ਮਿਲਦਾ ਹੀ ਮਿਲਦਾ। ਖੇ ਜਿਹਨੂੰ ਆਉਂਦਾ ਏ ਸਵਾਦ ਬਈ ਲੈ ਬਣਾ, ਕਰ ਸ਼ੁਕਰਾਨੇ ਉਹਦੀ ਰੂਹ ਨਾ ਰੱਜਦੀ, ਜਿੰਨਾ ਹਿੱਸੇ ਆਇਆ ਉਹੀ ਮਿਲੀ ਜਾਵੇ ਬਾਬਾ। ਸਾਡੀ ਰੀਝਾਂ ਦੀ ਲਿਸਟ ਦਿਨੋ ਦਿਨ ਹੀ ਵੱਧਦੀ, ਜਿੰਨਾ ਹਿੱਸੇ ਆਇਆ ਉਹੀ ਮਿਲੀ ਜਾਵੇ। ਅੱਗੇ ਕੀ ਕਹਿੰਦਾ ਪ੍ਰਧਾਨ, ਕਹਿੰਦਾ ਹਲੇ ਸੁਪਨੇ ਪੂਰੇ ਕਰਨੇ ਨੇ, ਲਿਖੇ ਲੇਖ ਸੱਜਣ ਜੀ ਪੜ੍ਹਨੇ ਨੇ, ਇਸੇ ਲਈ ਵਾਅਦੇ ਨਹੀਂ ਕਰਦਾ ਕਿ ਖੋਰੇ ਸਿਰੇ ਨਾ ਚੜ੍ਹਨੇ ਨੇ, ਕਿ ਮੈਂ ਇਸੇ ਲਈ ਵਾਅਦੇ ਨਹੀਂ ਕਰਦਾ ਕਿ ਖੋਰੇ ਸਿਰੇ ਨਾ ਚੜ੍ਹਨੇ ਨੇ। ਖੇ ਕਦਮ ਚੁੱਕੇ ਨੇ ਪਤਾ ਨੀ ਕੀ ਹਾਲ ਹੋਊ, ਪਰ ਇੰਨਾ ਜਾਣਦਿਆਂ ਕਿ ਜੋ ਵੀ ਹੋਊ ਨਾ ਕਮਾਲ ਹੋ, ਪ੍ਰਧਾਨ ਉਹ ਜੋ ਵੀ ਹੋਊਗਾ ਨਾ ਬਸ ਕਮਾਲ ਹੋ। ਖੇ ਗੱਲਾਂ ਵਿੱਚ ਹਵਾ ਦੇ ਕੀ ਕਰੀਏ, ਜਾਣੇ ਤੂੰ ਵੀ ਤੇ ਜਾਣਾ ਮੈਂ ਵੀ, ਇਹ ਦੁਨੀਆ ਕਿਉਂ ਪੈਸੇ ਪਿੱਛੇ ਭੱਜਦੀ, ਜਿੰਨਾ ਹਿੱਸੇ ਆਇਆ ਉਹੀ ਮਿਲੀ ਜਾਵੇ ਬਾਬਾ। ਸਾਡੀ ਰੀਝਾਂ ਦੀ ਲਿਸਟ ਦਿਨੋ ਦਿਨ ਹੀ ਵੱਧਦੀ, ਜਿੰਨਾ ਹਿੱਸੇ ਆਇਆ ਬਸ ਉਹੀ ਮਿਲੀ ਜਾਵੇ। ਤੁਹਾਡਾ ਧੰਨਵਾਦ ਪ੍ਰਧਾਨ, ਤੁਸੀਂ ਲਿਖਿਆ ਹੋਇਆ ਸੁਣਦੇ ਹੋ, ਅੱਗੇ ਕੀ ਕਹਿੰਦਾ ਸੁਣਿਓ। ਖੇ ਦੇਖਿਓ ਤੇਰੇ ਵਰਗੇ ਕਿੰਨੇ ਸ਼ਾਇਰ ਨੇ, ਤੂੰ ਦੋ ਚਾਰ ਲਾਈਨਾਂ ਲਿਖ ਕੇ ਫੀਲਿੰਗ ਯਕੀਨ, ਖੇ ਆਪਣੇ ਹੱਥੀ ਮਹਿਲ ਬਣਾ ਕੇ ਢਾ ਦੇਵੀਂ, ਪਰ ਇੱਕ ਗੱਲ ਦਾ ਖਿਆਲ ਰੱਖੀ ਕਿ ਆਸ ਕਿਸੇ ਤੋਂ ਰੱਖੀ ਨਾ। ਖੇ ਤੁਰ ਜਾਈ ਨਾ ਇਸ ਦੁਨੀਆਂ ਤੋਂ ਗੁਮਨਾਮ ਜੇ ਰਹਿ ਕੇ, ਕਿ ਸੱਚ ਦੱਸਾਂ ਸਵਾਦ ਆ ਜਾਂਦਾ ਜਦੋਂ ਕੋਈ ਮਿਲਦਾ ਬਿੱਕੀ ਬਾਈ ਕਹਿ ਕੇ, ਕਿ ਸੱਚ ਦੱਸਾਂ ਨਾ ਉਸਤਾਦ ਸਵਾਦ ਆ ਜਾਂਦਾ ਜਦੋਂ ਕੋਈ ਮਿਲਦਾ ਬਿੱਕੀ ਬਾਈ ਕਹਿ ਕੇ। ਤੁਸੀਂ ਬਸ ਸੁਣੋ ਜੀ, ਮੈਂ ਵੀ ਤਾਂ ਕੰਮ ਖਿੱਚਦਾ ਜਾਊਂ, ਫਿਰ ਰੱਬ ਸਲਾਮਤ ਰੱਖੇ ਇਹ ਮਹਿਫਲ ਸੱਜਦੀ। ਖੇ ਜਿੰਨਾ ਕੁ ਹਿੱਸੇ ਆਇਆ ਉਹੀ ਮਿਲੀ ਜਾਵੇ ਬਾਬਾ, ਸਾਡੀ ਤਾਂ ਰੀਝਾਂ ਵਾਲੀ ਲਿਸਟ ਦਿਨੋ ਦਿਨ ਹੀ ਵੱਧਦੀ, ਕਿ ਜਿੰਨਾ ਹਿੱਸੇ ਆਇਆ ਬਈ ਉਹੀ ਮਿਲੀ ਜਾਵੇ। ਖੇ ਉਸਤਾਦ ਇਸ ਵੀਡੀਓ ਦੀ ਪਹਿਲੀ ਲਾਈਨ ਤੋਂ ਹੀ ਸੋਚ ਕੇ ਦੇਖਿਓ ਕਿ ਜਦੋਂ ਵੀ ਕੋਈ ਚੀਜ਼ ਤੁਸੀਂ ਪਾਉਣਾ ਚਾਹੁੰਦੇ ਹੋ ਨਾ, ਜਦੋਂ ਉਹ ਮਿਲ ਜਾਂਦੀ ਆ ਤਾਂ ਉਹ ਬੇਕਾਰ ਲੱਗਦੀ ਆ, ਤੇ ਬੰਦੇ ਦੀਆਂ ਰੀਝਾਂ ਨਾ ਤਾਂ ਅੱਜ ਥਾਈ ਮੁੱਕੀਆਂ ਨੇ ਤੇ ਸ਼ਾਇਦ ਨਾ ਹੀ ਮੁੱਕਣਗੀਆਂ। ਪਰ ਆਪਾਂ ਉਹੀ ਰੀਝਾਂ ਦੇ ਚੱਕਰ ਚ, ਉਹਨਾਂ ਗੱਲਾਂ ਦੇ ਚੱਕਰ ਦੇ ਵਿੱਚ ਜੋ ਕੁਛ ਆਪਣੇ ਕੋਲੇ ਹੁੰਦਾ ਉਹਨੂੰ ਵੀ ਨਹੀਂ ਮਾਣਦੇ, ਤੇ ਆਪਾਂ ਉਹਦੀ ਵੈਲਿਊ ਨੂੰ ਕਦੇ ਨਹੀਂ ਸਮਝਦੇ। ਸੋ ਜੋ ਜੋ ਤੁਹਾਡੇ ਕੋਲੇ ਨਾ ਉਸਤਾਦ, ਉਹਦਾ ਸਵਾਦ ਲੈ ਕੇ ਦੇਖਿਓ, ਜੋ ਜੋ ਤੁਹਾਡੇ ਕੋਲੇ ਨਹੀਂ ਹੈਗਾ ਨਾ, ਜੋ ਤੁਸੀਂ ਚਾਹੁੰਦੇ ਹੋ ਉਹ ਆਪਣੇ ਆਪ ਆ ਜਾਊਗਾ, ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਤੁਹਾਡੀਆਂ ਰੀਝਾਂ ਕਦ ਪੂਰੀਆਂ ਹੋ ਗਈਆਂ। ਬਹੁਤਾ ਹੋਵੇ ਥੋੜਾ ਹੋਵੇ, ਭਾਵੇਂ ਨਾ ਕੁਛ ਹੋਵੇ, ਨਾ ਆਉਣ ਤੇ ਖੁਸ਼ ਹੋਈਏ ਜੀ, ਨਾ ਜਾਣ ਤੇ ਰੋਵੇ। ਵੀਡੀਓ ਕਿੱਦਾਂ ਲੱਗੀ ਤੁਹਾਨੂੰ ਸਾਰਿਆਂ ਨੂੰ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ, ਜੇ ਵਧੀਆ ਲੱਗੀ ਹੋਵੇ ਨਾ ਤਾਂ ਸ਼ੇਅਰ ਕਰ ਦਿਓ ਉਸਤਾਦ ਸਾਰਿਆਂ ਦੇ ਨਾਲ, ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਇੰਸਟਾਗ੍ਰਾਮ ਤੇ ਕਰਿਓ ਫੋਲੋ, ਤੁਸੀਂ ਸਾਰੇ ਘੈਂਟ ਉੱਤੇ ਆਪਣੀ ਰੀਝਾਂ ਦੀ ਲਿਸਟ ਦਿਨੋਂ ਦਿਨ ਵੱਧਦੀ ਹੋਈ।